हमारे तापे गे ही मुक गए ते प्यो मरे कर वेला ओ शाला मरन ना वीर किसे दे सो उजड़ जांदा जे मिला ओ पुत्र जना दे तुर जांदा ने ते तद रोंदे ओ थोड़ा भाई सब रोगां तो हाय रोग है डाडा ते जिस दा नाम वशोड़ा ते पाई पाइयां दे हाय दर्दी होवन ते पाई पाइयां दियां बावां ओ मां सिरां दे ताज मोहम ते मावा ठंडियां छावां ओ मन्ना तो जदों अं पहला तक आए थे इतने एक छोटी झुग्गी सी पिछला कमरा नहीं बनया ही लेकिन अज दोवें कमरे पक्के बना दिए गए हैं की कहना चाहोगे साढ़े स्रोतियां जिन्हां दे बदौलत या जो समाज सेवी जिन्होंने बना किया उन्होंने की कहना चाहोगे की संदेश देना चाहोगे उन्होंने मेरा सुनेहा यो ही है कि जिन्हें देशों विदेशों से अपने पंजाब जिथे भी देख रहे हैं मेरे वीडियो इस पेज न जोड़े लोग जुड़े ने सब तो पहला तो वधाई है कि अपना एक तोड़िया की झुग्गी उनकी तिरपाल की झुग्गी वो हटा के रब ने इतने दो कमरे पाते मंगया एक सी पर दो मिल गए इस करके बड़ी मैं करमा वाली हाँ अपने आप को समझती हाँ बड़े लकी हाँ आप कि रब ने साढ़े हालात बदले है अपना काम की होंगे सुरखियाँ बिंदियाँ इन्ना तो आप कितना गुजारा कर लेंगे हानू पता इस चीज़ का दुनिया नूं ते इह लगदा कि कम कार बहुत वधिया आ पर जदों खून पसीना एक हुंदा ना दो दो तीन तीन किलोमीटर तुर के पता बंदे नूं उदों लगदा आ मिस्त्री दा कम जिहड़ा ओह लेबर हुंदा आ ते एक समान दा कम जिहड़ा ये सुरखियां बिंदियां दा कम इह इक्को जिहा आ मैनूं लोग जानदे ने ज़्यादा करके सुरखियां वाली ते मैं तुहानूं सुनावांगी सुरखियां लो बिंदियां लो टॉपस लो वालियां लो नौ पालशां लो अच्छा जिहड़ा गाना आया सी डोलो दियां खान मुंडे गोलियां चाहवांगे जिहड़े दर्शकां दा सांझा कीता जावे बिल्कुल जी नेचरिया डब थोड़ा जोली मुंडे आ पौनियां बंदूक उत्ते बोली मुंडे आ ਪਰਸ ਚ ਮੈਂ ਨਾ ਮਸਕਰਾ ਰੱਖਦੀ ਰੱਖਾਂ ਪਿਸਟਲ ਨਾਲੇ ਗੋਲੀ ਮੁੰਡਿਆ ਠੁੱਕ ਆਪਣੀ ਨਾ ਤਾਪ ਮੈਂ ਚੜਾ ਦਵਾਂ ਰੋਵ ਵੀ ਹੈ ਪੂਰਾ ਕੋਈ ਸ਼ੱਕ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਢਾ ਜਨੂੰ ਆਖਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਢਾ ਜਨੂੰ ਆਖਨਾ ਮੰਗਦਾ ਕਿੱਸਾ ਦਾ ਜਿਹੜੇ ਹੁੰਗਾਰੇ ਵੀ ਨੇ ਜਿਹੜੇ ਦੋ ਘਰੇ ਨਿਕਲੇ ਬੜਾ ਸਪੋਰਟ ਮਿਲਿਆ ਸੀ ਬੜੀ ਬੜੀ ਜ਼ਿਆਦਾ ਕਿਨੂੰ ਜਿਹਨੂੰ ਕਹਿ ਦਿੰਦੇ ਨਾ ਹੱਦ ਪਾਰ ਹੋ ਗਈ ਮੈਂ ਕਿਸਮਤ ਦੇ ਵਿੱਚ ਨਹੀਂ ਸੋਚਿਆ ਸੀ ਮੈਂ ਲੋਕਾਂ ਦੀਆਂ ਵੀਡੀਓ ਜ਼ਰੂਰ ਵੇਖਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜਿਹੜੀਆਂ ਵੀਡੀਓ ਹੈ ਮੇਰੇ ਜਿਹੜੇ ਗਾਣੇ ਆ ਉਹ ਵਿਦੇਸ਼ਾਂ ਤੱਕ ਲੋਕ ਪਸੰਦ ਕਰ ਰਹੇ ਨੇ ਕਿ ਸਹੀ ਗੱਲ ਹੈ ਤੂੰ ਗਰੀਬਾਂ 'ਤੇ ਵੀ ਰਹਿਮ ਕਰਦਾ ਆ ਅਤੇ ਅਮੀਰਾਂ 'ਤੇ ਵੀ ਕਰਦਾ ਆ ਉਹ ਇੱਕੋ ਜਿਹੀ ਗੱਲ ਹੈ ਪਰ ਖਾਸ ਕਰਕੇ ਜਦੋਂ ਤੂੰ ਇਹੋ ਜਿਹੀ ਗਰੀਬੀ 'ਚੋਂ ਕਿਸੇ ਨੂੰ ਚੁੱਕੇ ਆ ਨਾ ਰੱਬ ਅਤੇ ਖੁਸ਼ੀ ਬੰਦੇ ਨੂੰ ਉਦੋਂ ਮਿਲਦੀ ਹੈ ਮਮਤਾ ਸੁਪਨਾ ਕੀ ਹੈ ਮਾਂ ਪਿਓ ਰਾਜਸਥਾਨ 'ਚ ਆ ਆਪ ਪੰਜਾਬ ਆ ਕੇ ਵੱਸ ਗਏ ਹੋ ਕੀ ਸੁਪਨਾ ਹੋਣਾ
ਨਹੀਂ ਮੰਮੀ ਪਾਪਾ ਵੀ ਇੱਥੇ ਹੀ ਰਹਿੰਦੇ ਸੀ ਅਤੇ ਹੁਣ ਥੋੜ੍ਹਾ ਕੁ ਟਾਈਮ ਹੋਇਆ ਕੋਈ ਕੰਮ ਕਾਰ ਤਾਂ ਕਰਦੇ ਨਹੀਂ ਆ ਸ਼ੂਗਰ ਦੀ ਮਰੀਜ਼ ਹੈ ਮੰਮੀ ਮੇਰੀ ਅਤੇ ਪਿਓ ਦੇ ਲੱਕ ਦਾ ਓਪਰੇਸ਼ਨ ਹੋਇਆ ਇਸ ਕਰਕੇ ਉੱਥੇ ਹੀ ਰਹਿੰਦੇ ਆ ਅਤੇ ਮੈਂ ਕਿਹਾ ਕੋਈ ਕੰਮ ਕਾਰ ਤਾਂ ਕਰਨਾ ਨਹੀਂ ਇੱਥੇ ਵੀ ਬਹਿਣਾ ਉੱਥੇ ਵੀ ਬਹਿਣਾ ਆਪਾਂ ਰਾਜਸਥਾਨ ਛੱਡ ਕੇ ਆਏ ਹਾਂ ਅਤੇ ਮੈਂ ਮੰਨਤ ਕੌਰ ਇੱਦਾਂ ਹੀ ਥੋੜ੍ਹੀ ਬਣ ਗਈ ਹਾਂ ਇਹਨਾਂ ਨੇ ਪੰਜਾਬੀਆਂ ਨੇ ਇੰਨੀ ਸਪੋਰਟ ਕੀਤੀ ਆ ਅਤੇ ਫਿਰ ਆਪਾਂ ਕੀ ਹੋਏ ਆਪਾਂ ਵੀ ਤਾਂ ਪੰਜਾਬੀ ਹੋਏ ਇਹਦੇ ਲੋਕਾਂ ਨੇ ਬਣਾਈਆਂ ਕਿ ਇਹ ਆ ਜੋ ਆ ਇੱਦਾਂ ਆ ਇਹ ਕੌਮ ਦਾ ਇਹ ਕੌਮ ਦਾ ਆ ਪਰ ਆਪਾਂ ਸਭ ਨੂੰ ਇੱਕੋ ਆਪਣਾ ਖੂਨ ਤਾਂ ਇੱਕੋ ਜਿਹਾ ਹੀ ਆ ਜਿੱਥੋਂ ਮਰਜ਼ੀ ਭਾਵੇਂ ਚੂੰਡੀ ਵੱਢ ਲਓ ਭਾਵੇਂ ਵੱਢ ਕੇ ਵੇਖ ਲਓ ਇੱਕੋ ਚੀਜ਼ ਨਿਕਲਦੀ ਨਾ ਬਾਹਰ ਇਸ ਕਰਕੇ ਇਹਦੇ ਲੋਕਾਂ ਦੀਆਂ ਮੂੰਹ ਦੀਆਂ ਗੱਲਾਂ ਬਣਾਈਆਂ ਆ ਆਪਾਂ ਤੇ ਪੰਜਾਬੀਆਂ ਨੂੰ ਵੀ ਪਿਆਰ ਕਰਦੇ ਹਾਂ ਹਿੰਦੂਆਂ ਨੂੰ ਵੀ ਪਿਆਰ ਕਰਦੇ ਹਾਂ ਪਾਕਿਸਤਾਨ ਵਾਲਿਆਂ ਨੂੰ ਵੀ ਕਰਦੇ ਹਾਂ ਪਾਕਿਸਤਾਨ ਦੇ ਨਾਂ 'ਤੇ ਇੱਕ ਗਾਣਾ ਚੇਤੇ ਆਇਆ ਜਿਹੜੀ ਬਾਰਿਸ਼ ਕਨਵਰ ਗਰੇਵਾਲ ਦਾ ਸ਼ਾਇਦ ਤੁਸੀਂ ਸੁਣਿਆ ਹੋਣਾ ਸਦਕੇ ਪਾਕਿਸਤਾਨੀ ਵੀਰੇ ਰਹਿੰਦੇ ਪੰਜਾਬ ਦੇ ਹੀਰੇ ਸਦਕੇ ਪਾਕਿਸਤਾਨੀ ਵੀਰੇ ਰਹਿੰਦੇ ਪੰਜਾਬ ਦੇ ਹੀਰੇ ਸਦ ਦੇ ਨਾਲ ਸਤਿਕਾਰ ਭੇਜ ਰਹੇ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਮਮਤਾ ਕੋਈ ਨਵਾਂ ਹੋਰ ਕੋਈ ਐਲਬਮ ਹੋਰ ਦੀ ਤੇ ਤਿਆਰ ਹੁੰਦੀ ਪਈ ਬਿਲਕੁਲ ਰੱਬ ਦੀ ਮਰਜ਼ੀ ਹੋ ਗਈ ਜਦੋਂ ਮਰਜ਼ੀ ਇਹ ਹੁਕਮ ਹੋ ਜਾਏਗਾ ਤਿਆਰ ਹੋਣ ਦਾ ਇਹ ਤਾਂ ਸਿਰਫ ਇੱਕ ਮੈਂ ਪੁਤਲੀ ਹਾਂ ਜਿੱਦਾਂ ਰੱਬ ਮੈਨੂੰ ਘੁਮਾਉਂਦਾ ਮੈਂ ਉੱਦਾਂ ਘੁੰਮਦੀ ਹਾਂ ਕਿਉਂਕਿ ਮੈਂ ਆਪਣੇ ਆਪ ਦਾ ਇਹ ਹੰਕਾਰ ਨਹੀਂ ਵਿਖਾਉਂਦੀ ਹਾਂ ਮੈਂ ਇਹ ਆ ਜੋ ਹਾਂ ਮੈਨੂੰ ਦੁਨੀਆ ਸਟਾਰ ਸਮਝਦੀ ਆ ਵਧੀਆ ਗੱਲ ਹੈ ਤੁਸੀਂ ਹੁਣ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਇਸ ਤਰ੍ਹਾਂ ਹੀ ਅਤੇ ਤੁਸੀਂ ਕੁਛ ਟਾਈਮ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਹੀ ਦੇਖਦੇ ਸੀ ਇਸ ਕਰਕੇ ਆ ਸਾਦਗੀ ਜਿਹੜੀ ਨਾ ਲੋਕਾਂ ਨੂੰ ਬੜੀ ਮੇਰੀ ਪਸੰਦ ਆਉਂਦੀ ਮੇਰੇ ਸਿਰ ਦੀ ਚੁੰਨੀ ਅਤੇ ਮੇਰਾ ਸਿੰਪਲ ਸੁਭਾਅ ਬੜਾ ਪਸੰਦ ਆ ਰਿਹਾ ਨੇ ਮੇਰੇ ਭੈਣ ਭਰਾਵਾਂ ਨੂੰ ਇੰਨੀ ਸਪੋਰਟ ਮਿਲ ਰਹੀ ਹੈ ਅਤੇ ਹੋਰ ਆਪਾਂ ਨੂੰ ਕੀ ਚਾਹੀਦਾ ਉਹ ਛਾਤੀਆਂ ਨੇ ਜਿਗਰੇ ਬਗੈਰ ਸੌਂਦੀਆਂ ਦਲੇਰੀਆਂ ਲਸਾਂਸ ਲੈਣ ਨਾ ਨਹੀਂ ਆਉਂਦੀਆਂ ਉਹ ਡੰਬਲਾਂ ਦੇ ਨਾਲ ਜਿਗਰੇ ਨਹੀਂ ਬਣਦੇ ਟੁੱਟਿਆ ਚੂੜਾ ਵੀ ਕਹਿੰਦੇ ਔਖਾ ਜੁੜਦਾ ਲੈਂਦਾ ਨਹੀਂ ਮੱਥੇ ਦੇ ਉੱਤੇ ਦਾਗ ਲੱਗਿਆ ਕਦੇ ਨਹੀਂ ਦਨਾਲੀਆਂ ਚ ਰੋਂਦ ਮੁੜਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਦੀਪਾ ਅੱਜ ਜਿਸ ਬੇਟੀ ਨਾਲ ਮਿਲਾਉਣ ਜਾ ਰਹੇ ਹਾਂ ਇਹਦਾ ਨਾਂ ਹੈਗਾ ਮੰਨਤ ਕੌਰ ਮਮਤਾ ਜਿਸ ਦੀ ਵੀਡੀਓ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੀ ਹਾਂ ਇਸ ਜਿਹੜੀ ਵੀਡੀਓ ਦਿਖਾਈ ਸੀ ਉਹਦੇ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ ਲੇਕਿਨ ਅੱਜ ਤੁਹਾਡੀ ਬਦੌਲਤ ਸਾਡੇ ਸੋਸ਼ਲ ਮੀਡੀਆ ਦੀ ਬਦੌਲਤ ਇਸ ਭੈਣ ਨੂੰ ਇਸ ਬੇਟੀ ਨੂੰ ਇੱਕ ਚੰਗਾ ਕਮਰੇ ਦੋ ਕਮਰੇ ਪਾ ਕੇ ਤੇ ਸਮਾਜ ਸੇਵੀ ਇੱਕ ਵੀਰ ਨੇ ਜਿਹਨੇ ਇਹਦੀ ਬਾਂਹ ਫੜੀ ਆ ਇਹਦੇ ਦੋ ਗਾਣੇ ਜਿਹੜੇ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪਾਪੂਲਰ ਹੋਏ ਪਏ ਨੇ ਇੱਕ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਅਤੇ ਇੱਕ ਰੋਂਦ ਬਹੁਤ ਹੀ ਜ਼ਿਆਦਾ ਤੁਹਾਡੇ ਵੱਲੋਂ ਪਿਆਰ ਦਿੱਤਾ ਗਿਆ ਵਾ ਅੱਜ ਦੁਬਾਰਾ ਫਿਰ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਮੰਨਤ ਕੌਰ ਨਾਲ ਉਹ ਗੱਲਾਂ ਬਾਤਾਂ ਕਰਦੀ ਹਾਂ ਨਾਲੇ ਗਾਣੇ ਵੀ ਸੁਣਾਂਗੇ ਇਸ ਭੈਣ ਨਾਲ ਇਸ ਬੇਟੀ ਨਾਲ ਮਮਤਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਸਾਡੇ ਚੈਨਲ 'ਤੇ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੰਨਤ ਕੌਰ ਹੋਰ ਤੁਸੀਂ ਠੀਕ ਹੀ ਹੋ ਗਏ ਜਿੰਨੇ ਤੱਕ ਮੈਨੂੰ ਪਤਾ ਹੈ ਕਿਉਂਕਿ ਜਿੰਨੇ ਇਸ ਪੇਜ ਨਾਲ ਲੋਕ ਜੁੜੇ ਨੇ ਬੜਾ ਸਪੋਰਟ ਪਿਆਰ ਕਰਦੇ ਨੇ ਮੰਨਤ ਕੌਰ ਨੂੰ ਇਸ ਕਰਕੇ ਬੜੇ ਚਰਚੇ ਕਰਾਤੇ ਤੁਸੀਂ ਇਸ ਕਰਕੇ ਦਿਲੋਂ ਧੰਨਵਾਦ ਤੁਹਾਡਾ ਮੰਨਤ ਜਦੋਂ ਅਸੀਂ ਪਹਿਲਾਂ ਤੁਹਾਡੇ ਕੋਲ ਆਏ ਸੀ ਅਤੇ ਇੱਥੇ ਇੱਕ ਛੋਟੀ ਝੁੱਗੀ ਸੀ ਪਿਛਲਾ ਕਮਰਾ ਵੀ ਬਣਿਆ ਸੀ ਲੇਕਿਨ ਅੱਜ ਦੋਵੇਂ ਕਮਰੇ ਪੱਕੇ ਬਣਾ ਦਿੱਤੇ ਗਏ ਨੇ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਜਿਨ੍ਹਾਂ ਦੇ ਬਦੌਲਤ ਜਾਂ ਜੇ ਸਮਾਜ ਸੇਵੀ ਜਿਨ੍ਹਾਂ ਨੇ ਬਣਾ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਮੇਰਾ ਸੁਨੇਹਾ ਇਹੋ ਹੀ ਆ ਕਿ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਪੰਜਾਬ 'ਚ ਜਿੱਥੇ ਵੀ ਦੇਖ ਰਹੇ ਨੇ ਮੇਰੇ ਵੀਡੀਓ ਨੂੰ ਇਸ ਪੇਜ ਨੂੰ ਇਸ ਪੇਜ ਨਾਲ ਜਿਹੜੇ ਲੋਕ ਜੁੜੇ ਨੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਕਿ ਆਪਣਾ ਇੱਕ ਤੋੜਿਆਂ ਦੀ ਝੁੱਗੀ ਹੁੰਦੀ ਤਿਰਪਾਲ ਦੀ ਝੁੱਗੀ ਉਹ ਹਟਾ ਕੇ ਰੱਬ ਨੇ ਇੱਥੇ ਦੋ ਕਮਰੇ ਪਾਤੇ ਮੰਗਿਆ ਇੱਕ ਸੀ ਪਰ ਦੋ ਮਿਲ ਗਏ ਇਸ ਕਰਕੇ ਬੜੀ ਮੈਂ ਕਰਮਾਂ ਵਾਲੀ ਹਾਂ ਆਪਣੇ ਆਪ ਨੂੰ ਸਮਝਦੀ ਹਾਂ ਬੜੇ ਲੱਕੀ ਹਾਂ ਆਪਾਂ ਕਿ ਰੱਬ ਨੇ ਸਾਡੇ ਹਾਲਾਤ ਬਦਲੇ ਆ ਆਪਣਾ ਕੰਮ ਕੀ ਹੁੰਦਾ ਸੁਰਖੀਆਂ ਬਿੰਦੀਆਂ ਇਹਨਾਂ ਤੋਂ ਆਪਾਂ
ਕਿੰਨਾ ਗੁਜ਼ਾਰਾ ਕਰ ਲਾਂਗੇ ਸਾਨੂੰ ਪਤਾ ਇਸ ਚੀਜ਼ ਦਾ। ਦੁਨੀਆਂ ਨੂੰ ਤਾਂ ਇਹ ਲੱਗਦਾ ਕਿ ਕੰਮ ਕਾਰ ਬਹੁਤ ਵਧੀਆ ਆ, ਪਰ ਜਦੋਂ ਖੂਨ ਪਸੀਨਾ ਇੱਕ ਹੁੰਦਾ ਨਾ, ਦੋ ਦੋ ਤਿੰਨ ਤਿੰਨ ਕਿਲੋਮੀਟਰ ਤੁਰ ਕੇ, ਪਤਾ ਬੰਦੇ ਨੂੰ ਉਦੋਂ ਲੱਗਦਾ ਆ। ਮਿਸਤਰੀ ਦਾ ਕੰਮ ਜਿਹੜਾ ਉਹ ਲੇਬਰ ਹੁੰਦਾ ਆ, ਤੇ ਇੱਕ ਸਮਾਨ ਦਾ ਕੰਮ ਜਿਹੜਾ ਇਹ ਸੁਰਖੀਆਂ ਬਿੰਦੀਆਂ ਦਾ ਕੰਮ, ਇਹ ਇੱਕੋ ਜਿਹਾ ਆ, ਇੱਕੋ ਜਿਹਾ ਕੰਮ ਹੈ। ਜਿਸ ਤਰ੍ਹਾਂ ਕਿ ਤੋੜਾ ਚੁੱਕ ਕੇ ਲੈ ਕੇ ਜਾਣਾ ਤੇ ਸਾਡਾ ਬੈਗ ਚੁੱਕ ਕੇ ਲੈ ਕੇ ਜਾਣਾ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਤੇ ਇਸ ਕਰਕੇ ਮੈਂ ਤੁਹਾਨੂੰ ਮੇਰਾ ਜਿਹੜੀ ਕੰਮ ਦੀ ਆਵਾਜ਼ ਹੈ, ਜਿਹਦੀ ਕਰਕੇ ਮੈਨੂੰ ਸ਼ੌਂਕ ਪੈਦਾ ਹੋਇਆ ਮੇਰੇ ਮਨ ਦੇ ਵਿੱਚ, ਉਹ ਇਹ ਚੀਜ਼ ਹੈ। ਇਹ ਤੋਂ ਹੀ ਆਪਾਂ ਫੇਮਸ, ਮੈਨੂੰ ਲੋਕ ਜਾਣਦੇ ਨੇ ਜ਼ਿਆਦਾ ਕਰਕੇ ਸੁਰਖੀਆਂ ਵਾਲੀ, ਤੇ ਮੈਂ ਤੁਹਾਨੂੰ ਸੁਣਾਵਾਂਗੀ। ਸੁਰਖੀਆਂ ਲੋ, ਬਿੰਦੀਆਂ ਲੋ, ਟੋਪਸ ਲੋ, ਵਾਲੀਆਂ ਲੋ, ਨੌ ਪਾਲਸ਼ਾਂ ਲੋ। ਇਹ ਉਹੀ ਲੜਕੀ ਆ ਜਿਹੜੀ ਪਿੰਡਾਂ ਵਿੱਚ ਜਾ ਕੇ, ਘਰਾਂ ਘਰਾਂ ਜਾ ਕੇ ਸੁਰਖੀਆਂ ਬਿੰਦੀਆਂ ਅਤੇ ਝਾਂਜਰਾਂ ਵੇਚਦੀ ਸੀ, ਲੇਕਿਨ ਅੱਜ ਸੋਸ਼ਲ ਮੀਡੀਆ ਦੀ ਪਾਵਰ ਇਹੋ ਹੀ ਪਾਵਰ ਹੁੰਦੀ ਆ। ਤੁਹਾਡੇ ਵਰਗੇ ਵੀਰਾਂ ਦਾ ਪਿਆਰ ਮਿਲਿਆ ਤਾਂ ਇਸ ਬੇਟੀ ਨੂੰ ਇੱਕ ਵਧੀਆ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਇੱਕ ਪਲੇਟਫਾਰਮ ਮਿਲਿਆ, ਜਿੱਥੇ ਆਪਣੇ ਦੋ ਗਾਣੇ ਯੂਟਿਊਬ 'ਤੇ ਕਰ ਚੁੱਕੇ ਆ, ਜਿਹਨੂੰ ਤੁਹਾਡੇ ਵੱਲੋਂ ਪੂਰਾ ਹੁੰਗਾਰਾ ਮਿਲਦਾ ਪਿਆ ਵਾ। ਅਸੀਂ ਸਭ ਤੋਂ ਪਹਿਲਾਂ ਮਮਤਾ ਗਾਣਾ ਸੁਣਨਾ ਚਾਹਾਂਗੇ, ਜਿਹੜਾ ਕਿ ਤੁਸੀਂ ਮਾਂ ਦੇ ਦਾ ਗਾਣਾ ਬੋਲਿਆ ਸੀ, ਬੜਾ ਤੁਹਾਡਾ ਫੇਮਸ ਗਾਣਾ ਸੀ, ਅਸੀਂ ਚਾਹਵਾਂਗੇ ਦਿਲਕਾ ਸਾਨੂੰ ਸਾਂਝਾ ਕੀਤਾ ਜਾਵੇ। ਬਿਲਕੁਲ। ਹੋ ਮਾਮਰੇ ਤਾਂ ਬੇਗੇ ਹੀ ਮੁੱਕ ਗਏ, ਤੇ ਪਿਓ ਮਰੇ ਘਰ ਵੇਲਾ, ਹੋ ਛਾਲਾ ਮਰਨ ਨਾ ਵੀਰ ਕਿਸੇ ਦੇ, ਸੋ ਉਜੜ ਜਾਂਦਾ ਜੇ ਮੇਲਾ, ਹੋ ਪੁੱਤਰ ਜਨਾ ਦੇ ਤੁਰ ਜਾਂਦੇ ਨੇ, ਤੇ ਤਦ ਰੋਂਦੇ ਹੋ ਥੋੜਾ, ਬਈ ਸਭ ਰੋਗਾਂ ਤੋਂ ਹਾਏ ਰੋਗ ਹੈ ਡਾਡਾ, ਤੇ ਜਿਸ ਦਾ ਨਾਮ ਵਿਛੋੜਾ, ਤੇ ਪਾਈ ਪਾਈਆਂ ਦੇ ਹਾਏ ਦਰਦੀ ਹੋਵਣ, ਤੇ ਪਾਈ ਪਾਈਆਂ ਦੀਆਂ ਬਾਵਾਂ, ਓ ਮਾਂ ਸਿਰਾਂ ਦੇ ਤਾਜ ਮੋਹਮ, ਤੇ ਮਾਵਾਂ ਠੰਡੀਆਂ ਛਾਵਾਂ, ਬਹੁਤ ਖੂਬ ਆਵਾਜ਼ ਵਾਕਿਆ ਹੀ ਜਿਹੜੀ ਵਾਹ ਕਮਾਲ ਆਵਾਜ਼ ਆ ਇਸ ਲੜਕੀ ਦੀ, ਜਿਹਨੂੰ ਵਾਕਿਆ ਹੀ ਸਰੋਤੇ ਪਸੰਦ ਕਰਦੇ ਆ। ਇੱਕ ਰੱਬੀ, ਇੱਕ ਨੂਰ, ਇੱਕ ਰੱਬੀ ਜਿਹੜੀ ਰਾਗ ਹੁੰਦਾ ਜਿਹਨੂੰ ਉਹਨੂੰ ਕਹਿ ਸਕਦੇ ਆ, ਜਿਹੜਾ ਇਸ ਆਵਾਜ਼ ਝਲਕਦਾ ਵਾ, ਜਿਹਨੂੰ ਸੁਣਦਾ ਬੰਦਾ ਅਤੇ ਮਗਨ ਹੋ ਜਾਂਦਾ ਵਾ। ਸਵਾਲ ਵੀ ਭੁੱਲ ਜਾਂਦੇ ਆ, ਵੀ ਪੱਤਰਕਾਰ ਜਦੋਂ ਨਹੀਂ ਵੀ ਜਦੋਂ ਪਹੁੰਚਦੇ ਆ ਸਾਡੇ ਸਵਾਲ ਭੁੱਲ ਜਾਂਦੇ, ਕਿਉਂਕਿ ਜਦੋਂ ਇਹ ਬੋਲਦੀ ਨਾ ਇਹਦੀ ਆਵਾਜ਼ 'ਚ ਐਨ ਲੀਨ ਹੋ ਜਾਂਦੀ ਆ, ਵੀ ਜਿੱਦਾਂ ਰੱਬ ਨੂੰ ਯਾਦ ਕਰਦੀ ਪਈ ਆ, ਰੱਬ ਦੀ ਬਾਦਰੀ ਕਰਦੀ ਪਈ ਆ। ਮਮਤਾ ਕਿਸਾਂ ਦਾ ਜਿਹੜੇ ਹੁੰਗਾਰੇ ਮਿਲੇ ਜਦੋਂ ਦੋ ਘਰ ਨਿਕਲੇ, ਬੜਾ ਸਪੋਰਟ ਮਿਲਿਆ ਸੀ, ਬੜੀ ਬੜੀ ਜ਼ਿਆਦਾ, ਕਿਨੂੰ ਜਿਹਨੂੰ ਕਹਿ ਦਿੰਦੇ ਨਾ ਹੱਦ ਪਾਰ ਹੋ ਗਈ, ਹੱਦ ਪਾਰ ਹੋ ਗਈ। ਮੈਂ ਕਿਸਮਤ ਦੇ ਵਿੱਚ ਨਹੀਂ ਸੋਚਿਆ ਸੀ, ਮੈਂ ਲੋਕਾਂ ਦੀਆਂ ਵੀਡੀਓ ਜ਼ਰੂਰ ਵੇਖਦੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜਿਹੜੀਆਂ ਵੀਡੀਓ ਹੈ, ਮੇਰੇ ਜਿਹੜੇ ਗਾਣੇ ਆ, ਉਹ ਵਿਦੇਸ਼ਾਂ ਤੱਕ ਲੋਕ ਪਸੰਦ ਕਰ ਰਹੇ ਨੇ। ਸਹੀ ਗੱਲ ਹੈ, ਮੈਂ ਬੜੀ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਕਿ ਸਹੀ ਗੱਲ ਹੈ, ਤੂੰ ਗਰੀਬਾਂ 'ਤੇ ਵੀ ਰਹਿਮ ਕਰਦਾ ਆ ਅਤੇ ਅਮੀਰਾਂ 'ਤੇ ਵੀ ਕਰਦਾ ਆ, ਉਹ ਇੱਕੋ ਜਿਹੀ ਗੱਲ ਹੈ। ਪਰ ਖਾਸ ਕਰਕੇ ਜਦੋਂ ਤੂੰ ਇਹੋ ਜਿਹੀ ਗਰੀਬੀ ਚੋਂ ਕਿਸੇ ਨੂੰ ਚੁੱਕੇ ਆ ਨਾ ਰੱਬ, ਤੇ ਖੁਸ਼ੀ ਬੰਦੇ ਨੂੰ ਉਦੋਂ ਮਿਲਦੀ ਹੈ। ਆਫਰਾਂ ਆਉਂਦੀਆਂ ਫਿਰ ਹੁਣ, ਬੜੇ ਜ਼ਿਆਦਾ ਲੋਕਾਂ ਦੇ ਫੋਨ, ਕਮੈਂਟ, ਬੜਾ ਕੁਛ ਹੁੰਦਾ। ਇੱਕ ਚੀਜ਼ ਮੇਰੇ ਕੋਲ ਪੱਤਰਕਾਰ ਨੇ ਜਿਹੜੇ ਕਾਫੀ ਆਉਂਦੇ ਰਹਿੰਦੇ, ਇੱਕ ਹੁੰਦਾ ਐਟੀਟਿਊਡ, ਉਹ ਇਸ ਚੀਜ਼ ਦਾ ਹੁੰਦਾ ਆ ਕਿ ਇਹ ਘੜੀ ਮੁੜੀ ਇੱਦਾਂ ਆ, ਇਹ ਆ ਜੋ ਆ ਜਾਂਦੇ, ਪਰ ਮੈਂ ਕਹਿੰਦੀ ਹਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਆ, ਜਦੋਂ ਮਰਜ਼ੀ ਆਓ, ਇਹਦੇ ਵਿੱਚ ਮੈਂ ਹੰਕਾਰ ਨਹੀਂ ਕਰਾਂਗੀ, ਕਿਉਂਕਿ ਹੰਕਾਰ ਕੀਤਾ ਬਹੁਤ ਮਾੜਾ ਹੁੰਦਾ ਆ। ਇਹ ਮੈਂ ਹੁਣ ਤੋਂ ਇਹ ਗੱਲ ਨੂੰ ਸਮਝਾਂਗੀ ਨਾ, ਤਾਂ ਗਾੜੀ ਜਾ ਕੇ ਮੇਰੇ ਕੰਮ ਆਊਗੀ ਇਹ ਗੱਲ। ਅੱਛਾ, ਜਿਹੜਾ ਗਾਣਾ ਆਇਆ ਸੀ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ, ਚਾਹਾਂਗੇ ਜਿਹੜੇ ਦਰਸ਼ਕਾਂ ਤੋਂ ਸਾਂਝਾ ਕੀਤਾ ਜਾਵੇ। ਬਿਲਕੁਲ ਜੀ। ਨੇਚਰੀਆ ਡੱਬ ਥੋੜਾ ਜੋਲੀ ਮੁੰਡਿਆ, ਉਹ ਪੌਣੀਆਂ ਬੰਦੂਕ ਉੱਤੇ ਬੋਲੀ ਮੁੰਡਿਆ,
ਉਸ ਚ ਮੈਂ ਨਾ ਮਸਕਰ ਰੱਖਦੀ ਰੱਖਾਂ ਪਿਸਤਲ ਨਾਲੇ ਗੋਲੀ ਮੁੰਡਿਆ ਠੁੱਕ ਆਪਣੀ ਨਾ ਤਾਪ ਮੈਂ ਚੜਾ ਦਵਾਂ ਰੋਬ ਵੀ ਹੈ ਪੂਰਾ ਕੋਈ ਸ਼ੱਕ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਢਾ ਜਨੂੰ ਆਖਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਢਾ ਜਨੂੰ ਆਖਨਾ ਕੀ ਪਤਾ ਮਮਤਾ ਸੁਪਨਾ ਕੀ ਹੈ ਮਾਂ ਪਿਓ ਰਾਜਸਥਾਨ 'ਚ ਆ ਆਪ ਪੰਜਾਬ ਆ ਕੇ ਵੱਸ ਗਏ ਹੋ ਕੀ ਸੁਪਨਾ ਹੋਣਾ ਨਹੀਂ ਮੰਮੀ ਪਾਪਾ ਵੀ ਇੱਥੇ ਹੀ ਰਹਿੰਦੇ ਸੀ ਅਤੇ ਹੁਣ ਥੋੜ੍ਹਾ ਕੁ ਟਾਈਮ ਹੋਇਆ ਕੋਈ ਕੰਮ ਕਾਰ ਤਾਂ ਕਰਦੇ ਨਹੀਂ ਆ ਸ਼ੂਗਰ ਦੀ ਮਰੀਜ਼ ਹੈ ਮੰਮੀ ਮੇਰੀ ਅਤੇ ਪਿਓ ਦੇ ਲੱਕ ਦਾ ਓਪਰੇਸ਼ਨ ਹੋਇਆ ਇਸ ਕਰਕੇ ਉੱਥੇ ਹੀ ਰਹਿੰਦੇ ਆ ਅਤੇ ਮੈਂ ਕਿਹਾ ਕੋਈ ਕੰਮ ਕਾਰ ਤਾਂ ਕਰਨਾ ਨਹੀਂ ਇੱਥੇ ਵੀ ਬਹਿਣਾ ਉੱਥੇ ਵੀ ਬਹਿਣਾ ਆ ਉੱਥੇ ਬਹਿ ਜਾਓ ਕੋਈ ਗੱਲ ਨਹੀਂ ਆ ਗਰਮੀ ਬੜੀ ਪੈਂਦੀ ਸੀ ਗਰਮੀ ਦੇ ਕਰਕੇ ਉੱਥੇ ਭੇਜਦਾ ਬਾਕੀ ਇੱਥੇ ਹੀ ਰਹਿੰਦੇ ਆ ਆਪਾਂ ਰਾਜਸਥਾਨ ਛੱਡ ਕੇ ਆਏ ਹਾਂ ਅਤੇ ਮੈਂ ਮੰਨਤ ਕੌਰ ਇੱਦਾਂ ਹੀ ਥੋੜ੍ਹੀ ਬਣ ਗਈਆਂ ਇਹਨਾਂ ਨੇ ਪੰਜਾਬੀਆਂ ਨੇ ਇੰਨੀ ਸਪੋਰਟ ਕੀਤੀ ਆ ਅਤੇ ਫਿਰ ਆਪਾਂ ਕੀ ਹੋਏ ਆਪਾਂ ਵੀ ਤਾਂ ਪੰਜਾਬੀ ਹੋਏ ਇਹ ਤਾਂ ਲੋਕਾਂ ਨੇ ਬਣਾਈਆਂ ਕਿ ਇਹ ਆ ਜੋ ਆ ਇੱਦਾਂ ਆ ਇਹ ਕੌਮ ਦਾ ਇਹ ਕੌਮ ਦਾ ਆ ਪਰ ਆਪਾਂ ਸਭ ਨੂੰ ਇੱਕੋ ਆਪਣਾ ਖੂਨ ਤਾਂ ਇੱਕੋ ਜਿਹਾ ਹੀ ਆ ਜਿੱਥੋਂ ਮਰਜ਼ੀ ਭਾਵੇਂ ਚੂੰਡੀ ਵੱਢ ਲਓ ਭਾਵੇਂ ਵੱਢ ਕੇ ਵੇਖ ਲਓ ਇੱਕੋ ਚੀਜ਼ ਨਿਕਲਦੀ ਨਾ ਬਾਹਰ ਇਸ ਕਰਕੇ ਤਾਂ ਲੋਕਾਂ ਦੀਆਂ ਮੂੰਹ ਦੀਆਂ ਗੱਲਾਂ ਬਣਾਈਆਂ ਆ ਆਪਾਂ ਤਾਂ ਪੰਜਾਬੀਆਂ ਨੂੰ ਵੀ ਪਿਆਰ ਕਰਦੇ ਹਾਂ ਹਿੰਦੂਆਂ ਨੂੰ ਵੀ ਪਿਆਰ ਕਰਦੇ ਹਾਂ ਪਾਕਿਸਤਾਨ ਵਾਲਿਆਂ ਨੂੰ ਵੀ ਕਰਦੇ ਹਾਂ ਪਾਕਿਸਤਾਨ ਦੇ ਨਾਂ 'ਤੇ ਇੱਕ ਗਾਣਾ ਚੇਤੇ ਆਇਆ ਜਿਹੜੀ ਬਾਰਿਸ਼ ਹੋ ਰਹੀ ਹੈ ਕਨਵਰ ਗਰੇਵਾਲ ਦਾ ਸ਼ਾਇਦ ਤੁਸੀਂ ਸੁਣਿਆ ਹੋਣਾ ਸਦ ਕੇ ਪਾਕਿਸਤਾਨੀ ਵੀਰਿਓ ਰਹਿੰਦੇ ਪੰਜਾਬ ਦੇ ਹੀਰਿਓ ਸਦ ਕੇ ਪਾਕਿਸਤਾਨੀ ਵੀਰਿਓ ਰਹਿੰਦੇ ਪੰਜਾਬ ਦੇ ਹੀਰਿਓ ਸਦ ਦੇ ਦਿਨਾਰ ਸਤਿਕਾਰ ਭੇਜ ਰਹੇ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਤੁਸਾਂ ਬੂਹੇ ਖੋਲੇ ਜਿਵੇਂ ਬਣੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤਲਹਾਰ ਜਾਣ ਰਾਸਤੇ ਸ਼ਾਲਾ ਮੇਰੇ ਪਿੰਡ ਤਲਹਾਰ ਜਾਣ ਰਾਸਤੇ ਇਸ ਪਾਣੀ ਵਿੱਚ ਮਿੱਟੀ ਭਿੱਜੀ ਹੈ ਪੰਜਾਬ ਦੀ ਇਸ ਪਾਣੀ ਵਿੱਚ ਮਿੱਟੀ ਭਿੱਜੀ ਹੈ ਪੰਜਾਬ ਦੀ ਅਸੀਂ ਸਾਤੇ ਦੁਆਵਾਂ ਅਸੀਂ ਸਾਤੇ ਦੁਆਵਾਂ ਬੇਸ਼ੁਮਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਬਹੁਤ ਹੀ ਖੂਬ ਗਾਣਾ ਕੰਵਰ ਗਰੇਵਾਲ ਸਾਹਿਬ ਦਾ ਅਸੀਂ ਇਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਹਾਂ ਮਮਤਾ ਕੋਈ ਨਵਾਂ ਹੋਰ ਕੋਈ ਐਲਬਮ ਹੋਰ ਦੀ ਤੇ ਤਿਆਰ ਹੁੰਦੀ ਪਈ ਬਿਲਕੁਲ ਰੱਬ ਦੀ ਮਰਜ਼ੀ ਹੋ ਗਈ ਜਦੋਂ ਮਰਜ਼ੀ ਹੋਈ ਹੁਕਮ ਹੋ ਜਾਏਗਾ ਤਿਆਰ ਹੋਣ ਦਾ ਇਹ ਤਾਂ ਸਿਰਫ ਇੱਕ ਮੈਂ ਪੁਤਲੀ ਹਾਂ ਜਿੱਦਾਂ ਰੱਬ ਮੈਨੂੰ ਘੁੰਮਾਉਂਦਾ ਮੈਂ ਉੱਦਾਂ ਘੁੰਮਦੀ ਹਾਂ ਕਿਉਂਕਿ ਮੈਂ ਆਪਣੇ ਆਪ ਦਾ ਇਹ ਹੰਕਾਰ ਨਹੀਂ ਵਿਖਾਉਂਦੀ ਹਾਂ ਮੈਂ ਇਹ ਆ ਜੋ ਹਾਂ ਮੈਨੂੰ ਦੁਨੀਆ ਸਟਾਰ ਸਮਝਦੀ ਆ ਵਧੀਆ ਗੱਲ ਹੈ ਆਪਣੇ ਆਪ ਨੂੰ ਮੰਨਦੇ ਆ ਕਿ ਲੋਕ ਆਪਣੇ ਆਪ ਨੂੰ ਵੀ ਸਮਝਦੇ ਆ ਪਰ ਮੈਂ ਸੋਚਦੀ ਹਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਂ ਹੰਕਾਰ ਕਰਦੀ ਹਾਂ ਆਪਣੇ ਰੋਹਬ ਦੇ ਵਿੱਚ ਰਹਿੰਦੀ ਹਾਂ ਤੁਸੀਂ ਹੁਣ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਇਸ ਤਰ੍ਹਾਂ ਹੀ ਅਤੇ ਤੁਸੀਂ ਕੁਛ ਟਾਈਮ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਹੀ ਦੇਖਦੇ ਸੀ ਇਸ ਕਰਕੇ ਆ ਸਾਦਗੀ ਜਿਹੜੀ ਨਾ ਲੋਕਾਂ ਨੂੰ ਬੜੀ ਮੇਰੀ ਪਸੰਦ ਆਉਂਦੀ ਮੇਰੇ ਸਿਰ ਦੀ ਚੁੰਨੀ ਅਤੇ ਮੇਰਾ ਸਿੰਪਲ ਸਵਾਬ ਬੜਾ ਪਸੰਦ ਆ ਰਿਹਾ ਨੇ ਮੇਰੇ ਭੈਣ ਭਰਾਵਾਂ ਨੂੰ ਇੰਨੀ ਸਪੋਰਟ ਮਿਲ ਰਹੀ ਹੈ ਅਤੇ ਹੋਰ ਆਪਾਂ ਨੂੰ ਕੀ ਚਾਹੀਦਾ ਆਖਰ 'ਤੇ ਜਿਹੜਾ ਰੋਂਦ ਗਾਣਾ ਇਹ ਦੋ ਲਫ਼ਜ਼ ਬੋਲ ਕੇ ਸਮਾਪਤੀ ਕਰਾਂ ਉਹ ਛਾਤੀਆਂ ਨੇ ਜਿਗਰੇ ਬਗੈਰ ਸੌਂਦੀਆਂ ਦਲੇਰੀਆਂ ਲਸਾਂਸ ਲੈਣ ਨਾ ਨਹੀਂ ਆਉਂਦੀਆਂ ਉਹ ਡੰਬਲਾਂ ਦੇ ਨਾਲ ਜਿਗਰੇ ਨਹੀਂ ਬਣਦੇ ਟੁੱਟਿਆ ਚੂੜਾ ਵੀ ਕਹਿੰਦੇ ਔਖਾ ਜੁੜਦਾ ਲੈਂਦਾ ਨਹੀਂ ਮੱਥੇ ਦੇ ਉੱਤੇ ਦਾਗ ਲੱਗਿਆ ਕਦੇ ਨਹੀਂ ਦਨਾਲੀਆਂ ਚ ਰੋਂਦ ਮੁੜਦਾ ਕਿਸਾਂ ਦਾ ਰਿਸਪੋਂਸ ਮਿਲਿਆ ਮੇਰੇ ਗਾਣੇ ਨੂੰ ਬੜਾ ਰਿਸਪੋਂਸ ਮਿਲਿਆ ਲੋਕਾਂ ਦਾ ਬੜਾ ਪਿਆਰ ਮਿਲਿਆ ਇਸ ਤਰ੍ਹਾਂ ਹੀ ਕਰਦੇ ਰਹਿਣਾ ਮੰਨਤ ਕੌਰ ਦੇ ਨਾਂ 'ਤੇ ਮੇਰਾ ਪੇਜ ਹੈ ਤੁਸੀਂ ਉੱਥੇ ਜਾ ਕੇ ਮੇਰੇ ਵੀਡੀਓ ਮੇਰੇ ਗਾਣਿਆਂ ਨੂੰ ਸ਼ੇਅਰ ਔਰ ਲਾਈਕ ਕਰਨਾ ਬਹੁਤ ਬਤਾਵਾਂ ਤਾਂ ਇਹ ਸੀ ਮੰਨਤ ਕੌਰ ਉਰਫ ਮਮਤਾ ਜਿਹਦੀ ਇੱਕ ਛੋਟੀ ਜੁਗੀ ਤੋਂ ਉੱਠ ਕੇ ਅੱਜ ਇੱਕ ਚੰਗੇ ਪਲੇਟਫਾਰਮ 'ਤੇ ਗਾਣੇ ਬੋਲਦੀ ਪਈ ਆ ਯੂਟਿਊਬ 'ਤੇ ਦੋ ਗਾਣੇ ਨਿਕਲ ਚੁੱਕੇ ਨੇ ਡੁੱਲੋ ਦੀਆਂ ਖੁਣ ਮੁੰਡੇ ਗੋਲੀਆਂ ਅਤੇ ਇੱਕ ਮੁੜਦਾਰੀ ਰੋਂਦ ਬਹੁਤ ਵਧੀਆ ਗਾਣੇ ਤੁਹਾਡਾ ਪਿਆਰ ਮਿਲਿਆ ਤੁਹਾਡੇ ਪਿਆਰ ਸਦਕਾ ਹੀ ਇਸ ਬੇਟੀ ਨੂੰ ਇੱਕ ਵਧੀਆ ਮੁਕਾਮ ਵੀ
ਜਿਹੜਾ ਹਾਸਲ ਹੋ ਗਿਆ ਵਾ ਅਤੇ ਇੱਕ ਜਿਹੜਾ ਕੱਚਾ ਮਕਾਨ ਸੀ ਜਿਹੜਾ ਇੱਕ ਝੁੱਗੀ ਸੀ ਉਸ ਝੁੱਗੀ ਨੂੰ ਤੁਹਾਡੇ ਵਰਗੇ ਵੀਰਾਂ ਨੇ ਹੀ ਤੁਹਾਡੇ ਵਰਗੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਦੋ ਕਮਰੇ ਪਾ ਦਿੱਤੇ ਆ। ਇੱਕ ਕਮਰੇ ਦੀ ਆਸ ਰੱਖੀ ਸੀ ਤੁਹਾਡੇ ਕੋਈ ਤੁਹਾਨੂੰ ਬੇਨਤੀ ਕੀਤੀ ਸੀ ਵੀ ਇੱਕ ਬੇਟੀ ਨੂੰ ਇੰਨਾ ਕੁ ਪਿਆਰ ਕਰਿਓ ਵੀ ਇਸ ਬੇਟੀ ਨੂੰ ਇੱਕ ਕਮਰਾ ਮਿਲ ਜਾਵੇ, ਲੇਕਿਨ ਤੁਸੀਂ ਤੁਹਾਡੇ ਪਿਆਰ ਸਦਕਾ ਇਸ ਨੂੰ ਦੋ ਕਮਰੇ ਮਿਲ ਗਏ ਆ। ਅਤੇ ਹੁਣ ਜਿਹੜੇ ਨਵੇਂ ਜਿਹੜੇ ਗਾਣੇ ਆਉਣਗੇ ਉਸੇ ਤਰ੍ਹਾਂ ਪਿਆਰ ਕਰਨਾ ਅਤੇ ਜਿਹੜੀ ਸਾਡੀ ਜਿਹੜੀ ਵੀਡੀਓ ਜੇ ਦੇਖਦੇ ਪਏ ਹੋ ਵੱਧ ਤੋਂ ਵੱਧ ਲਾਈਕ ਅਤੇ ਜ਼ਰੂਰ ਕਰਨਾ। ਕੁਲਦੀਪ ਸਿੰਘ ਦੀਪਾ, ਤਰਨ ਤਾਰਨ।